ਰਾਜਪੁਰਾ ਵਿੱਚ ਮਹਿੰਦਰਗੰਜ ਵਿੱਚ ਪੈਂਦੇ ਸਦਰ ਥਾਣਾ ਨੂੰ ਬਦਲ ਕੇ ਨਵੀਂ ਬਿਲਡਿੰਗ ਰਾਜਪੁਰਾ ਚੰਡੀਗੜ੍ਹ ਰੋਡ ਤੇ ਸ਼ਿਫਟ ਕੀਤੀ ਗਈ ਹੈ, ਜਿਸ ਦਾ ਉਦਘਾਟਨ IG ਪਟਿਆਲਾ AS ਰਾਏ ਅਤੇ SSP ਪਟਿਆਲਾ ਡਾਕਟਰ ਐਸ ਭੁਪਤੀ ਅਤੇ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕੀਤਾ। ਇਸ ਮੌਕੇ ਤੇ ਨਵੀਂ ਬਣੀ ਬਿਲਡਿੰਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵੀ ਰਖਵਾਏ ਗਏ। ਸਾਡੇ ਸਾਰਿਆਂ ਲਈ ਇਹ ਬਹੁਤ ਖੁਸ਼ੀ ਦਾ ਕਾਰਨ ਹੈਗਾ ਕਿ ਆਪਾਂ ਨੂੰ ਰਾਜਪੁਰੇ ਦੇ ਵਿੱਚ ਸਦਰ ਪੁਲਿਸ ਸਟੇਸ਼ਨ ਦੀ ਜਿਹੜੀ ਬਿਲਡਿੰਗ ਪਹਿਲਾਂ ਢਹੀ ਵੀ ਸੀ, ਬਹੁਤ ਖਸਤਾ ਹਾਲਤ ਸੀ, ਇੱਕ ਨਵੀਂ ਬਿਲਡਿੰਗ ਉਪਲਬਧ ਸਰਕਾਰ ਨੇ ਕਰਾ ਕੇ ਦਿੱਤੀ ਹੈ। ਔਰ ਇਸ ਨਵੀਂ ਬਿਲਡਿੰਗ ਦਾ ਅੱਜ ਆਪਾਂ ਨੇ ਸਾਰਿਆਂ ਨੇ ਇੱਥੇ ਸਾਡੇ ਹਲਕੇ ਦੇ MLA ਸ਼੍ਰੀ ਹਰਦਿਆਲ ਕੰਬੋਜ ਜੀ, SSP ਸਾਹਿਬ, ਸਾਡੇ ਡਿਪਟੀ ਸਾਹਿਬ, ਅਸੀਂ ਸਾਰਿਆਂ ਨੇ ਅੱਜ ਇੱਥੇ ਇਸ ਨਵੇਂ ਥਾਣੇ ਦੀ ਬਿਲਡਿੰਗ ਦਾ ਇਨੋਗਰੇਸ਼ਨ ਕੀਤੀ ਆ। ਅਤੇ ਜਿਹੜੀ ਸਦਰ ਰਾਜਪੁਰਾ ਦੀ ਸਾਡੀ ਬਹੁਤ ਵਧੀਆ ਜਿਹੜੀ ਬਿਲਡਿੰਗ ਆ ਉਹ ਬਣੀ ਆ, ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਅਤੇ ਮੈਂ ਵਧਾਈ ਦਿੰਦਾ ਪੂਰਾ ਇਲਾਕਾ ਨਿਵਾਸੀਆਂ ਨੂੰ। ਅਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਪਹਿਲਾਂ ਤਾਂ ਵੈਸੇ ਲਾਅ ਐਂਡ ਆਰਡਰ ਨੂੰ ਬਹੁਤ ਅੱਛੀ ਤਰੀਕੇ ਦੇ ਨਾਲ ਮੇਨਟੇਨ ਕਰ ਰਹੇ ਸੀ, ਹੁਣ ਹੋਰ ਵੀ ਜ਼ਿਆਦਾ ਜਿਹੜਾ ਹੈਗਾ ਸਹੂਲਤ, ਕਿਉਂਕਿ ਸ਼ਹਿਰ ਦੇ ਵਿੱਚ ਵੀ ਆ, ਥੋੜ੍ਹਾ ਆਊਟਰ ਏਰੀਏ ਦੇ ਵਿੱਚ ਆ, ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਹੋਏਗੀ, ਹਰ ਬੰਦਾ ਇੱਥੇ ਜਿਹੜਾ ਹੈਗਾ ਨਾਲ ਦੀ ਨਾਲ ਹੀ ਦੋਵੇਂ ਪਾਸੇ ਜਿਹੜੇ ਪਿੰਡ ਸਾਡੇ ਪੈਂਦੇ ਆ ਤਾਂ ਇੱਥੇ ਜਦੋਂ ਮਰਜ਼ੀ ਤੁਸੀਂ ਸਹੂਲਤ। ਰਾਜਪੁਰਾ ਤੋਂ ਰਾਜੇਸ਼ ਸ਼ਹਿਰਾ ਦੀ ਰਿਪੋਰਟ, ਚੈਨਲ 2।